ਕੀਤੇ ਨੇ। ਹੁਣ ਤੁਸੀਂ ਇਹਨਾਂ ਕਾਨੂੰਨਾਂ ਬਾਬਤ ਚੰਗੀ ਤਰ੍ਹਾਂ ਜਾਣਦੇ ਹੀ ਹੋ। ਵੇਖੋ, ਤਿੰਨ ਕਾਨੂੰਨ ਨੇ, ਦਾ ਪ੍ਰੋਡਿਊਸ ਟ੍ਰੇਡ ਐਂਡ ਕਮਰਸ ਆਰਡੀਨੈਂਸ, ਜਿਹਨੂੰ ਫਰੀ ਮਾਰਕੀਟ ਕਹਿ ਦਿੰਦੇ। ਉਹ ਅਮਰੀਕਾ ਕੈਨੇਡਾ 'ਚ ਵੀ ਇਹ ਕਾਨੂੰਨ ਫੇਲ ਹੋ ਚੁੱਕਿਆ ਹੈ। ਇਹ ਐਮ ਐਸ ਪੀ ਖਤਮ ਕਰਨ ਦਾ ਤਰੀਕਾ ਹੈ, ਨਿਰਧਾਰਿਤ ਰੇਟ ਜੋ ਘੱਟ ਤੋਂ ਘੱਟ ਫਸਲ ਲਈ ਮਿਲਦਾ ਹੈ। ਹੁਣ ਸਰਕਾਰ ਕੀ ਕਰ ਰਹੀ ਹੈ, ਬਰਾਬਰ ਤੇ ਪ੍ਰਾਈਵੇਟ ਮੰਡੀਆਂ ਲਿਆ ਰਹੀ ਹੈ ਸਰਕਾਰੀ ਮੰਡੀ ਦੇ ਬਰਾਬਰ। ਉਹਦੇ ਨਾਲ ਕੀ ਹੋਵੇਗਾ, ਤੁਹਾਨੂੰ ਰੇਟ ਦੁੱਗਣਾ ਦੇਵੇਗਾ ਪੂੰਜੀਪਤੀ ਕਾਰਪੋਰੇਟ ਘਰਾਣਾ। ਸਮਝਿਓ ਇਸ ਗੱਲ ਨੂੰ, ਕਿਉਂਕਿ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਹੈ, ਸਮੁੱਚੀ ਦੁਨੀਆ ਦਾ ਹੈ। ਉਹ ਪ੍ਰਾਈਵੇਟ ਮੰਡੀ 'ਚ ਰੇਟ ਵੱਧ ਦੇਵੇਗਾ, ਮੰਡੀ ਵੀ ਸੋਹਣੀ ਬਣੀ ਹੋਵੇਗੀ। ਸਰਕਾਰੀ ਮੰਡੀ 'ਚ ਕਿਸਾਨ ਸਾਰੀ ਦਿਹਾੜੀ ਖੱਪ ਜਾਂਦਾ, ਮਾਲ ਤਲਾਉਂਦਾ ਤਲਾਉਂਦਾ ਘੱਟਾ ਮਿੱਟੀ ਪੈਂਦਾ ਹੈ। ਬਰਾਬਰ ਤੇ ਪ੍ਰਾਈਵੇਟ ਮੰਡੀ ਏਸੀ ਲੱਗਾ ਹੋਵੇਗਾ, ਉਹ ਕੰਡੇ ਤੋਂ ਕੱਢਣਗੇ ਟਰੈਕਟਰ ਟਰਾਲਾ, ਤੁਹਾਡਾ ਮਾਲ ਤੋਲ ਕੇ ਆਖਣਗੇ ਜਾਓ ਜੀ ਘਰ ਨੂੰ ਜਾਓ। ਰੇਟ ਵੱਧ ਦੇਣਗੇ, ਤੁਹਾਡਾ ਮਨ ਡੋਲੇਗਾ ਵੀ ਸਰਕਾਰੀ ਮੰਡੀ 'ਚ ਭਾਅ 2000 ਤੇ 2500 ਦੇਣ। ਤੁਸੀਂ ਪ੍ਰਾਈਵੇਟ ਮੰਡੀ ਨੂੰ ਤੁਰ ਪੈਣਾ, 2-4 ਸਾਲ ਤੁਹਾਨੂੰ ਵੱਧ ਭਾਅ ਦੇਣਗੇ ਕਾਰਪੋਰੇਟ ਘਰਾਣੇ। ਉਹਦੇ ਬਾਅਦ ਪਤਾ ਤੁਸੀਂ ਕੀ ਕਰਨਾ, ਤੁਸੀਂ ਸਰਕਾਰੀ ਮੰਡੀ ਮਾਲ ਨਹੀਂ ਲਿਜਾਣਾ। ਸਰਕਾਰ ਨੇ ਕਹਿਣਾ ਹੈ ਹੁਣ ਮੰਡੀ ਦਾ ਨੁਕਸਾਨ ਹੋ ਰਿਹਾ ਹੈ, ਐਮ ਐਸ ਪੀ ਦੇ ਨਾਲ ਨਾਲ ਸਰਕਾਰੀ ਮੰਡੀ ਖਤਮ ਕਰ ਦਈਏ ਕਿਉਂਕਿ ਇੱਥੇ ਫਸਲ ਨਹੀਂ ਆ ਰਹੀ। ਜਦੋਂ ਕੋਈ ਇਰਦ ਗਿਰਦ ਮੰਡੀ ਨਾ ਰਹੀ ਤੇ ਫਿਰ ਕਾਰਪੋਰੇਟ ਘਰਾਣੇ ਨੇ ਕਹਿਣਾ, ਕਿਸਾਨਾਂ ਸਾਨੂੰ ਡਰ ਸੀ ਕਿਤੇ ਅਸੀਂ ਰੇਟ ਬਰਾਬਰ ਦਿੱਤਾ ਸਰਕਾਰੀ ਮੰਡੀ ਦੇ ਤੇ ਤੂੰ ਸਰਕਾਰੀ ਮੰਡੀ ਦੌੜੇਗਾ, ਅਸੀਂ ਵੱਧ ਰੇਟ ਦਿੱਤਾ ਸੀ ਤੈਨੂੰ ਲਾਲਚ ਦਿੱਤਾ ਸੀ, ਹੁਣ ਸਰਕਾਰੀ ਮੰਡੀ ਨਹੀਂ ਰਹੀ, ਦੌੜਦਾ ਜਿੱਥੇ ਦੌੜਨਾ 2000 ਵਾਲਾ ਫਸਲ ਦਾ ਜਿਹੜਾ ਐਮ ਐਸ ਪੀ ਦਾ ਮੁੱਲ ਹੈ ਤੈਨੂੰ 1000 ਹੀ ਦੇਣਾ ਹੀ ਹੋਣਾ। ਉਹ ਮਾਰੀਦਾ ਕਿਸਾਨ ਵੇਚੇਗਾ ਕਿਉਂਕਿ ਸਰਕਾਰੀ ਮੰਡੀ ਨਹੀਂ ਹੋਣੀ। ਦੂਸਰਾ, ਇਸੈਂਸ਼ੀਅਲ ਕਮੋਡਿਟੀ, ਜ਼ਰੂਰੀ ਵਸਤੂਆਂ ਜਿਹੜੀਆਂ ਸੋਧ ਕੀਤੀ ਹੈ, ਜਿਹੜਾ ਐਕਟ ਹੈ। ਹੁਣ ਹੁੰਦਾ ਕੀ ਹੈ, ਇਹ ਕਹਿੰਦੇ ਜਿੰਨੀ ਮਰਜ਼ੀ ਸਟੋਰੇਜ ਕਰ ਲਓ, ਅੱਗੇ ਪਾਬੰਦੀ ਸੀ ਵੀ ਸਿਰਫ ਇੰਨਾ ਹੀ ਸਟੋਰ ਕਰ ਸਕਦੇ ਹੈ, ਹੁਣ ਖੁੱਲ ਦੇ ਦਿੱਤੀ ਹੈ ਵੀ ਜਿੰਨਾ ਮਰਜ਼ੀ ਕਾਰਪੋਰੇਟ ਘਰਾਣੇ ਸਟੋਰ ਕਰ ਲੈਣ। ਮੈਂ ਤੁਹਾਨੂੰ ਦੱਸ ਦੇਵਾਂ, 100 ਏਕੜ ਵਾਲੇ ਕਿਸਾਨ ਕੋਲ ਵੀ ਪ੍ਰਬੰਧ ਨਹੀਂ ਹੈ ਵੀ ਉਹ ਸਟੋਰੇਜ ਕਰ ਸਕੇ। ਸਟੋਰੇਜ ਕੌਣ ਕਰੇਗਾ, ਵੱਡੇ ਵੱਡੇ ਪੂੰਜੀਪਤੀ ਕਾਰਪੋਰੇਟ ਘਰਾਣੇ ਬੰਬੇ ਦੇ ਸੇਠ, ਉਹ ਕਣਕ ਆਲੂ ਚਾਵਲ ਸਭ ਕੁਝ ਉਹਨਾਂ ਸਟੋਰ ਕਰ ਲੈਣਾ, ਮਾਰਕੀਟ ਵਿੱਚੋਂ ਮੰਦੀ ਲਿਆਉਣਗੇ, ਸਪਲਾਈ ਬੰਦ ਕਰ ਦੇਣਗੇ। ਜਦੋਂ ਮਾਰਕੀਟ ਵਿੱਚ ਸਪਲਾਈ ਨਾ ਆਈ ਤੇ ਅਸੀਂ ਭੁੱਖੇ ਮਰਨਾ, ਦੌੜੇ ਫਿਰਨਾ ਵੀ ਕਿਤੇ ਗੰਢੇ ਮਿਲ ਜਾਣ, ਆਲੂ ਮਿਲ ਜਾਣ, ਚੌਲ ਮਿਲ ਜਾਣ, ਖਾਈਏ ਕੀ। ਜਦੋਂ ਐਨ ਸ਼ਿਖਰਾਂ ਤੇ ਡਿਮਾਂਡ ਚਲੀ ਗਈ, ਫਿਰ ਉਹ ਜਿਹੜੇ ਚੌਲ 100 ਰੁਪਈਏ ਨੂੰ ਨੇ ਉਹ 500 ਨੂੰ ਕਿਲੋ, ਜਿਹੜੇ ਗੰਢੇ 100 ਨੂੰ ਨੇ ਉਹ 200 ਨੂੰ ਕਿਲੋ। ਮਰਜ਼ੀ ਦੇ ਨਾਲ ਭਾਅ ਲਾਉਣਗੇ ਤੇ ਜਿਹੜੇ ਤੁਸੀਂ ਮਿਡਲ ਕਲਾਸ ਲੋਕ ਹੋ ਨਾ, ਸੋਚਦੇ ਹੋ ਵੀ ਦੁਕਾਨਦਾਰ ਤੇ ਕੀ ਇਫੈਕਟ ਹੈ, ਇਹ ਤੇ ਕਿਸਾਨਾਂ ਦਾ ਮਸਲਾ ਹੈ। ਤੁਹਾਡੀ ਥਾਲੀ ਜਿਹੜਾ 50 ਰੁਪਈਆਂ ਦਾ ਭੋਜਨ ਅੱਜ ਪੱਕਦਾ ਹੈ ਉਹ 500 ਨੂੰ ਪੱਕੇਗਾ, ਇਸ ਗੱਲ ਦਾ ਖਿਆਲ ਰੱਖਿਓ। ਅੱਗੇ ਕਿਸਾਨ ਸਸਤਾ ਵੇਚਦਾ ਸੀ, ਤੁਹਾਨੂੰ ਮਾਰਕੀਟ 'ਚੋਂ ਸਸਤਾ ਮਿਲਦਾ ਸੀ, ਦੋਵਾਂ 5 ਰੁਪਈਆਂ ਦੀ ਜਿਹੜੀ ਛੱਲੀ ਹੈ ਨਾ ਕਿਸਾਨ ਵੇਚਦਾ ਹੈ, ਉਹ 50 ਰੁਪਈਆਂ ਨੂੰ ਰਿਲਾਇੰਸ ਦੇ ਸਟੋਰ 'ਤੇ ਤੁਹਾਨੂੰ ਮਿਲਦੀ ਹੈ, ਫਿਰ ਸਾਰੀ ਫਸਲ ਹੀ ਇੱਦਾਂ ਤੁਹਾਨੂੰ ਮਿਲੇਗੀ। ਇਹ ਮਿਡਲ ਕਲਾਸ ਇਹਦੇ ਨਾਲ ਇਫੈਕਟ ਹੋਵੇਗੀ। ਭਾਰਤ ਦੇ 80% ਲੋਕ 5 ਗੁਣਾ ਵੱਧ ਮਹਿੰਗਾਈ ਵਿੱਚ ਜਾ ਕੇ ਭੋਜਨ ਛਕਣਗੇ, ਤਰਲੇ ਲੈਣਗੇ। ਇਹ ਹੈ ਦੂਸਰਾ ਇਫੈਕਟ। ਤੀਸਰਾ ਹੈ ਕੰਟਰੈਕਟ ਫਾਰਮਿੰਗ। ਪਿੰਡਾਂ ਵਿੱਚ 50,000 ਠੇਕਾ ਚੱਲਦਾ ਪੈਲੀ ਦਾ,
ਕਾਰਪੋਰੇਟ ਘਰਾਣੇ ਕਹਿਣਗੇ ਜੱਟਾ 1 ਲੱਖ ਰੁਪਈਆ ਚੁੱਕ, ਪਰ 15 ਸਾਲ ਦਾ ਮੇਰੇ ਨਾਲ ਕੰਟਰੈਕਟ ਕਰ ਲੈ ਤੂੰ। ਅਸੀਂ ਕਹਿਣਾ ਵੀ 50,000 ਠੇਕਾ ਕਿਉਂ ਲੈਣਾ, ਲੱਖ ਲਈਏਗਾ, ਲਾਲਚ ਕਰਾਂਗੇ, ਲਿਖਤ ਕਰ ਲੈਣੀ ਹੈ 15 ਸਾਲ ਦੀ, 1 ਲੱਖ ਰੁਪਈਏ ਨੂੰ ਪੈਲੀ ਅਸੀਂ ਠੇਕੇ ਤੇ ਦੇ ਬਹਿਣੀ ਹੈ, 1 ਸਾਲ ਉਹ ਲੱਖ ਦੇਵੇਗਾ, ਅਗਲੇ ਸਾਲ ਉਹਨੇ ਕੀ ਕਰਨਾ, ਉਹਨੇ ਕਹਿਣਾ ਵੀ ਫਸਲ ਚੰਗੀ ਨਹੀਂ ਹੋਈ ਭਰਾਵਾ, ਮੈਂ 20,000 ਦੇ ਸਕਦਾ। ਅਸੀਂ ਆਖਾਂਗੇ ਤੂੰ ਲਿਖਤ ਕੀਤੀ ਹੈ, ਮੈਂ ਪੰਚਾਇਤ ਸੱਦਣ ਲੱਗਾ ਪਿੰਡ ਵਿੱਚ, ਹੁਣ ਕੀ ਉਹ ਬੰਬੇ ਵਾਲਾ ਤੁਹਾਡੀ ਪੰਚਾਇਤ ਚਾਹੇਗਾ, ਉਹ ਕੀ ਸਮਝਦਾ ਹੈ ਤੁਹਾਡੇ ਪਿੰਡ ਦੇ ਸਰਪੰਚ ਨੂੰ। ਦੂਜੀ ਆਪਸ਼ਨ ਤੁਸੀਂ ਕਹਿਣਾ ਮੈਂ ਥਾਣੇ ਚੱਲਿਆ, ਮੈਂ ਪੁਲਿਸ ਕੋਲ ਚੱਲਿਆ, ਕੀ ਥਾਣੇ ਦਾ SHO ਤੁਹਾਡੀ ਸੁਣੇਗਾ ਕਿ ਉਹ ਪੂੰਜੀਪਤੀ ਦੀ ਸੁਣੇਗਾ ਜਿਹੜਾ ਦੇਸ਼ ਦੀ ਸਰਕਾਰ ਬਣਾ ਸਕਦਾ ਹੈ ਕਰੋੜਾਂ ਰੁਪਈਏ ਲਾ ਕੇ। ਤੀਜੀ ਆਪਸ਼ਨ ਤੁਹਾਡੇ ਕੋਲ ਕੀ ਹੈ, ਗੁੱਸੇ ਵਿੱਚ ਆ ਕੇ ਆਖੋਗੇ ਮੈਂ ਗਲ ਪੈਣਾ ਹੈ ਸਟੋਰੇਜ ਵਾਲਿਆਂ ਦੇ, ਜਿਨ੍ਹਾਂ ਕੰਟਰੈਕਟ ਕੀਤਾ ਹੈ ਮੇਰੇ ਸਾਈਨ ਕਰਾਏ ਨੇ, ਉਹ ਹੱਥ ਜੋੜ ਦੇਣਗੇ ਭਾਈ ਜੀ ਅਸੀਂ ਵੀ ਨੌਕਰ ਹਾਂ ਬੰਬੇ ਵਾਲੇ ਸੇਠ ਦੇ, ਉਹਨੂੰ ਪੁੱਛੋ ਜਾ ਕੇ। ਚੌਥੀ ਆਪਸ਼ਨ ਕੀ ਹੈ, ਤੁਸੀਂ ਆਖੋਗੇ ਮੈਂ ਕੋਰਟ ਚੱਲਿਆ ਅਤੇ ਸਰਕਾਰ ਨੇ ਤੁਹਾਡੇ ਹੱਥ ਪਹਿਲਾਂ ਹੀ ਵੱਢ ਲਏ ਨੇ ਕਾਨੂੰਨ ਨਾਲ, ਕੋਰਟ 'ਚ ਤੁਸੀਂ ਨਹੀਂ ਜਾ ਸਕਦੇ, ਤੁਸੀਂ ਜਾਓਗੇ DC ਦੇ SDM ਦੇ, ਮੈਨੂੰ ਦੱਸੋ ਵੀ 5 ਏਕੜ ਵਾਲੇ ਗਰੀਬ ਕਿਸਾਨ ਦੀ ਸੁਣੇਗਾ ਡਿਪਟੀ ਕਮਿਸ਼ਨਰ ਕੇ ਬੰਬੇ ਦੇ ਵੱਡੇ ਸੇਠ ਦੀ ਸੁਣੇਗਾ, ਓਏ ਉਹ ਲੱਖਾਂ ਰੁਪਈਆ ਟੇਬਲ 'ਤੇ ਸੁੱਟੇਗਾ, ਤੂੰ ਕੀ ਦੇ ਸਕਦਾ ਹੈ ਗਰੀਬ ਬੰਦਾ ਦੱਸ। ਜਿੱਥੇ ਮਾਇਆ ਹੈ ਨਿਆਂ ਵੀ ਉੱਧਰ ਨੂੰ ਹੀ ਚੁੱਕੇਗਾ, ਇਹ ਹੈ ਕੰਟਰੈਕਟ ਫਾਰਮਿੰਗ। ਫਿਰ ਤੁਸੀਂ ਆਖਣਾ ਅੱਛਾ ਜੀ ਹੁਣ 20,000 ਹੀ ਮਿਲੇਗਾ, ਪੈਸੇ ਨਹੀਂ ਵੱਧ ਸਕਦੇ, ਉਹਨੇ ਕਹਿਣਾ ਨਹੀਂ। ਤੁਸੀਂ ਕਹਿਣਾ ਮੇਰੀ ਜਗ੍ਹਾ ਛੱਡ ਦੇ ਤੂੰ, ਜ਼ਮੀਨ ਛੱਡ ਦੇ, ਉਹਨੇ ਕਹਿਣਾ ਭਾਈ ਨਹੀਂ ਤੂੰ 15 ਸਾਲ ਦਾ ਕੰਟਰੈਕਟ ਕੀਤਾ ਹੈ, ਤੂੰ ਜ਼ਮੀਨ ਨਹੀਂ ਲੈ ਸਕਦਾ। ਫਿਰ ਪਤਾ ਕੀ ਕਰੇਗਾ ਕਿਸਾਨ, ਹੱਥ ਜੋੜੇਗਾ, ਮੈਨੂੰ ਜੋ ਦੇਣਾ ਹੈ ਦੇ ਦਿਓ, ਮੇਰੀ ਜ਼ਮੀਨ ਲੈ ਲਵੋ। ਇੱਦਾਂ 1000 ਏਕੜ ਖਰੀਦ ਕੇ ਕਾਰਪੋਰੇਟ ਘਰਾਣੇ, ਕਿਉਂਕਿ ਐਗਰੀਕਲਚਰ ਇਨਕਮ 'ਤੇ ਟੈਕਸ ਨਹੀਂ ਹੈ, ਆਪਦਾ ਬਲੈਕ ਮਨੀ ਵਾਈਟ ਕਰਨਗੇ ਇਸ ਇਨਕਮ ਦੇ ਥਰੂ, ਮਰਜ਼ੀ ਨਾਲ ਭਾਅ ਰੱਖਣਗੇ ਫਸਲਾਂ ਦੇ, ਤੁਹਾਨੂੰ 5 ਗੁਣਾ ਵੱਧ ਮਾਇਆ ਦੇ ਕੇ ਭੋਜਨ ਛਕਣਾ ਪਵੇਗਾ, ਹਾਹਾਕਾਰ ਮਚੇਗੀ ਭਾਰਤ ਵਰਸ਼ ਅੰਦਰ। ਤਾਂ ਮੈਂ ਕਹਿੰਦਾ ਹਾਂ ਵੀ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ, ਇਹ ਤੁਹਾਡਾ ਭਾਰਤ ਵਰਸ਼ ਦੇ ਲੋਕਾਂ ਦਾ ਅੰਦੋਲਨ ਹੈ। ਪੂੰਜੀਪਤੀਆਂ ਨੇ ਪੈਸਾ ਲਾ ਕੇ ਭਾਰਤ ਦੀ ਸਰਕਾਰ ਬਣਾਈ ਹੈ, ਔਰ ਇਹ ਦੂਣਾ ਕਰਕੇ ਉਹਨਾਂ ਨੂੰ ਮੋੜ ਰਹੇ ਨੇ ਵੀ ਤੁਸੀਂ ਐਗਰੀਕਲਚਰ ਇਨਕਮ ਬਣਾਓ, 1000 ਏਕੜ 'ਚ ਫਾਰਮਿੰਗ ਕਰੋ, ਤੁਹਾਨੂੰ ਟੈਕਸ ਨਹੀਂ ਲੱਗੇਗਾ। ਜਦੋਂ ਕਰੋੜਾਂ ਰੁਪਈਆ ਪੂੰਜੀਪਤੀਆਂ ਨੂੰ ਕਾਰਪੋਰੇਟ ਘਰਾਣਿਆਂ ਨੂੰ ਟੈਕਸ ਬਚੇਗਾ, ਤਾਂ ਉਹ ਅੱਧਾ ਸਰਕਾਰ ਨੂੰ ਉੱਦਾਂ ਹੀ ਗੱਫਾ ਦੇਣਗੇ ਵੀ ਚਲੋ ਅਗਲੀ ਇਲੈਕਸ਼ਨ 'ਚ ਖਰਚ ਕਰ ਲਵੋ। ਇਹ ਗੇਮ ਇਹ ਚੱਲ ਰਹੀ ਹੈ, ਤੁਹਾਡੇ ਗਰੀਬਾਂ ਨੂੰ ਹੱਥ ਪਾਇਆ ਜਾ ਰਿਹਾ ਹੈ। ਔਰ ਜਿਹੜੇ ਇਸ ਲਹਿਰ ਨੂੰ ਖਾਲਿਸਤਾਨ ਦੇ ਨਾਮ 'ਤੇ ਬਦਨਾਮ ਕਰ ਰਹੇ ਨੇ ਨੈਸ਼ਨਲ ਮੀਡੀਏ ਵਾਲੇ, ਮੈਂ ਉਹਨਾਂ ਨੂੰ ਦੱਸ ਦੇਵਾਂ, ਖਾਲਿਸਤਾਨ ਦਾ ਹਊਆ ਨਾ ਲੋਕਾਂ ਨੂੰ ਦਿਖਾਓ, ਖਾਲਸਾ ਰਾਜ ਦੀ ਗੱਲ ਦੱਸਾਂ, 17 ਵਾਰ ਖਾਲਸਿਆਂ ਦਿੱਲੀ ਜਿੱਤੀ, ਫਿਰ ਸਨਾਤਨ ਮਤ ਨੂੰ ਅੱਜ ਦਿੱਲੀ ਮਿਲੀ ਹੈ। ਜੇ ਖਾਲਸੇ ਮੁਗਲਾਂ ਕੋਲੋਂ ਦਿੱਲੀ ਨਾ ਜਿੱਤਦੇ ਤਾਂ ਤੁਹਾਡੇ ਕੋਲ ਤਖ਼ਤ ਨਾ ਹੁੰਦਾ। ਸਾਡੇ ਬਾਬਾ ਬੰਦਾ ਸਿੰਘ ਬਹਾਦਰ ਨੇ ਹਕੂਮਤਾਂ ਨੂੰ ਮਿੱਟੀ ਵਿੱਚ ਮਿਲਾਇਆ, ਪੂੰਜੀਪਤੀਆਂ ਕੋਲੋਂ ਪੈਲੀਆਂ ਖੋਹ ਕੇ ਗਰੀਬਾਂ ਨੂੰ ਕਿਸਾਨਾਂ ਨੂੰ ਦਵਾਈਆਂ। ਉਹਦੇ ਬਾਅਦ 12 ਮਿਸਲਾਂ ਦੇ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਬਘੇਲ ਸਿੰਘ ਹੁਣਾਂ ਦਿੱਲੀ ਜਿੱਤੀ, ਪੂੰਜੀਪਤੀਆਂ ਤੋਂ ਪੈਲੀਆਂ ਲੈ ਕੇ ਕਿਸਾਨਾਂ ਨੂੰ ਲਿਖ ਕੇ ਦਿੱਤੀਆਂ। ਫਿਰ ਪੰਜਾਬ ਦਾ ਬਾਦਸ਼ਾਹ ਬੇਤਾਜ ਬਾਦਸ਼ਾਹ ਮਹਾਰਾਜਾ ਰਣਜੀਤ ਸਿੰਘ ਬਣਿਆ। ਖਾਲਸੇ ਦਾ ਰਾਜ ਵੇਖੋ, ਹਰਿਮੰਦਰ ਸਾਹਿਬ 'ਤੇ ਸੋਨਾ ਲਾ ਕੇ ਨਾਲ ਹਿੰਦੂ ਵੀਰਾਂ ਦੇ ਰਾਮ ਤੀਰਥ ਨੂੰ ਸੋਨਾ ਦਿੱਤਾ, ਮਸਜਿਦਾਂ ਬਣਾ ਕੇ ਦਿੱਤੀਆਂ। ਰਾਜਾ ਰਣਜੀਤ ਸਿੰਘ ਰਾਤ ਬਰਾਤੇ ਭੇਸ ਬਦਲ ਕੇ ਲੋਕਾਂ ਵਿੱਚ ਜਾਵੇ ਵੀ ਮੇਰੀ ਜਨਤਾ ਭੁੱਖੀ ਨਾ ਮਰਦੀ ਹੋਵੇ,
ਕਾਲ ਪੈ ਗਿਆ। ਅੱਜ ਦੀ ਸਰਕਾਰ ਗੋਦਾਮ ਨੂੰ ਜਿੰਦਰੇ ਲਾ ਲਈ ਹੈ। ਰਾਜਾ ਰਣਜੀਤ ਸਿੰਘ ਨੇ ਖਜ਼ਾਨਿਆਂ ਦੇ ਮੂੰਹ ਖੋਲ ਕੇ ਪੰਡਾਂ ਭਰ ਕੇ ਗੋਦਾਮ ਦੇ ਵਿੱਚੋਂ ਰਾਤ ਨੂੰ ਮੋਢਿਆਂ ਤੇ ਚੁੱਕ ਕੇ ਗਰੀਬਾਂ ਘਰੀ ਪਹੁੰਚਾਈਆਂ, ਚੋਰੀ ਵੀ ਕਿਸੇ ਨੂੰ ਪਤਾ ਨਾ ਚੱਲੇ। ਐਸਾ ਦਰਿਆ ਦਿਲ ਰਾਜਾ, ਇਹ ਹੈ ਹਲੇਮੀ ਰਾਜ। ਉਹ ਏਡਾ ਵੱਡਾ ਰਾਜਾ ਸੀ, ਇੱਕ ਬੀਬੀ ਨਾ ਲੋਹੇ ਦਾ ਤਵਾ ਲੈ ਕੇ ਨਾ ਉਹਦੇ ਪੈਰਾਂ ਨਾਲ ਘਸਾਵੇ। ਕਹਿੰਦਾ, ਬੁੱਢੀ ਮਾਈ ਇਹ ਕੀ ਕਰਦੀ ਹੈ ਮਾਂ, ਪੈਰਾਂ ਨੂੰ ਤੇ ਮੈਂ ਤੇਰੇ ਹੱਥ ਲਾਵਾਂ, ਤੂੰ ਮੇਰੀ ਮਾਂ ਹੈ। ਕਹਿੰਦੀ, ਰਾਜਾ ਮੈਂ ਸੁਣਿਆ ਤੂੰ ਪਾਰਸ ਹੈ, ਜਿਹੜਾ ਤੇਰੇ ਨਾਲ ਛੂ ਜਾਂਦਾ ਹੈ ਸੋਨਾ ਬਣ ਜਾਂਦਾ ਹੈ। ਖੇੜੇ ਵਿੱਚ ਆਇਆ ਰਾਜਾ, ਕਹਿੰਦਾ ਉਹ ਬੁੱਢੀ ਮਾਈ ਦਾ ਤਵਾ ਤੋਲੋ, ਇਸ ਲੋਹੇ ਦੇ ਤਵੇ ਦੇ ਬਦਲੇ ਸੋਨਾ ਭਰ ਕੇ ਦੇ ਦਿਓ, ਇਹਨੂੰ ਮੋਹਰਾਂ ਭਰ ਕੇ ਦੇ ਦਿਓ ਇਸ ਨੂੰ। ਇਹ ਹੈ ਹਲੇਮੀ ਰਾਜ, ਇਹ ਹੈ ਖਾਲਸੇ ਦਾ ਰਾਜ। ਖਾਲਸੇ ਦਾ ਰਾਜ ਕੋਈ ਰਾਈਫਲਾਂ ਦਾ ਰਾਜ ਨਹੀਂ, ਕੋਈ ਅੱਤਵਾਦ ਦਾ ਰਾਜ ਨਹੀਂ। ਇਹ ਲੋਕ ਬਦਨਾਮ ਕਰ ਰਹੇ ਨੇ ਭਾਰਤ ਵਰਸ਼ ਦੇ ਕਾਨੂੰਨ ਥੱਲੇ, ਜਿੱਥੇ ਭਾਰਤ ਦੇ ਕਿਸਾਨ ਦੱਬੇ ਗਏ। ਅੱਜ ਪੰਜਾਬ ਦੇ ਸਿੱਖਾਂ ਆਵਾਜ਼ ਉਠਾਈ ਤੇ ਸਾਡੇ ਹਿੰਦੂ ਵੀਰ ਰਾਜਸਥਾਨ ਦੇ ਨੇ, ਚਾਹੇ ਮੁਸਲਮਾਨ ਵੀਰ ਚਾਹੇ ਈਸਾਈ ਨੇ, ਬਿਹਾਰ ਦੇ ਨੇ, ਯੂਪੀ ਦੇ ਨੇ, ਹਰਿਆਣੇ ਦੇ ਨੇ, ਸਾਰੇ ਨਾਲ ਚੱਲ ਪਏ ਨੇ। ਇਹ ਲਹਿਰ ਭਾਰਤ ਵਰਸ਼ ਦੇ ਕਿਸਾਨਾਂ ਦੀ ਲਹਿਰ ਬਣ ਗਈ ਹੈ, ਇੱਕ ਧਰਮ ਦੀ ਨਹੀਂ। ਜੇ ਰਾਜਾ ਰਣਜੀਤ ਸਿੰਘ ਵਾਂਗ ਰਾਜ ਕਰਨਾ ਹੈ ਤੇ ਉਹਦਾ ਜੀਵਨ ਪੜੋ। ਅੱਜ ਦੇ ਹੁਕਮਰਾਨੋ, ਖਾਲਸੇ ਦਾ ਰਾਜ ਸੀ, ਸਭ ਸੁਖਾਲੀ ਵੁੱਠੀਆਂ, ਇਹੋ ਹੋਆ।